अल्लाह सुबहानहु व तआला ने अपनी पाक कलाम अंदर इरशाद फरमाया फरमाया जी अय्युहन नबियो इन्ना अरसलनाका शाहिदन व मुबशिरन व नज़ीरा وَدَاعِيًا إِلَى اللَّهِ بِإِذْنِهِ وَسِرَاجًا مُنِيرًا الله أكبر الله 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 अल्लाह करीम ने फरमाया फरमाया है मेरे नबी जी असी तुहानू मुबशिर बना करके भेजे आए ना असी तुहानू नजीर बना करके भेजे आए और वदाईयन लिल्लाह और अल्लाह सुबहानहू व तआला दी तरफ बुलाने वाला एक अल्लाह दी तौहीद दा नारा बुलंद करने वाले मेरे पाक मुहम्मद मुस्तफा सल्लल्लाहु अलैहि वसल्लम लोगों नू दसने वाले के लोगो ए जिन्ना दे तवस्सुल नाल तुसी मंगदे हो ना जिन्ना दे तोफैलों तुसी मंगदे हो तुसी सारे कहंदे हो ना कि साडियां इना अगे मक्के दे मुशरिक ते काफिरां दा उहनां दा अकीदा की सी ना ਉਹ ਕੀ ਕਰਦੇ ਸਨ ਉਹਨਾਂ ਨੇ ਜਿਹੜੇ ਬੈਤੁੱਲਾ ਦੇ ਅੰਦਰ ਬੁੱਤ ਰੱਖੇ ਹੋਏ ਸਨ ਇਹਨਾਂ ਬੁੱਤਾਂ ਕੋਲੋਂ ਨਹੀਂ ਸਨ ਮੰਗਦੇ ਅੱਲਾ ਦੇ ਕੁਰਾਨ ਨੇ ਵੀ ਨਕਸ਼ਾ ਖਿੱਚਿਆ ਇਹਨਾਂ ਇਹਨਾਂ ਕੋਲੋਂ ਨਹੀਂ ਸਨ ਮੰਗਦੇ ਇਹਨਾਂ ਕੋਲੋਂ ਨਹੀਂ ਸਨ ਮੰਗਦੇ ਬਲਕਿ ਕਹਿੰਦੇ ਨੇ ਉਹ ਕਹਿੰਦੇ ਕੀ ਨੇ ਨਾ ਇਹ ਤੇ ਸਿਫਾਰਿਸ਼ ਵਾਸਤੇ ਰੱਖੇ ਹੋਏ ਨੇ ਨਾ ਯਾਨੀ ਸਾਡੀਆਂ ਇਹਨਾਂ ਅੱਗੇ ਇਹਨਾਂ ਦੀਆਂ ਰੱਬ ਅੱਗੇ ਅਸੀਂ ਇਹਨਾਂ ਅੱਗੇ ਆਪਣੀ ਬਾਤ ਕੇਸ਼ ਕਰਨੇ ਆ ਨਾ ਇਹ ਸਾਡੀ ਬਾਤ ਨੂੰ ਅੱਗੇ ਰੱਬ ਅੱਗੇ ਪਹੁੰਚਾ ਛੱਡਦੇ ਨੇ ਅੱਲਾਹੂ ਅਕਬਰ ਅੱਲਾ ਅੱਲਾ ਅਗਰ ਤੂੰ ਪੜ੍ਹ ਕਰਕੇ ਵੇਖੇ ਤੇ ਤੈਨੂੰ ਪਤਾ ਚੱਲੇ ਕਿ ਮੱਕੇ ਦੇ ਮੁਸ਼ਰਿਕਾਂ ਦਾ ਅਕੀਦਾ ਕੀ ਸੀ ਨਾ ਅੱਲਾਹੂ ਅਕਬਰ ਅੱਲਾ ਅੱਲਾ ਅੱਜ ਮੁਸਲਮਾਨ ਡਾਇਰੈਕਟ ਕਿਸੇ ਹੋਰ ਕੋਲੋਂ ਮੰਗੀ ਜਾਵੇ ਅੱਲਾ ਦਾ ਕਲਮਾ ਵੀ ਪੜ੍ਹੇ ਮੇਰੇ ਨਬੀ ਦੀ ਰਸਾਲਤ ਦਾ ਇਕਰਾਰ ਵੀ ਕਰੇ ਲੇਕਿਨ ਅੱਲਾ ਦਾ ਦਰ ਛੱਡ ਕਰਕੇ ਜਦੋਂ ਗੈਰਾਂ ਕੋਲੋਂ ਮੰਗਦਾ ਏ ਅੱਲਾਹੂ ਅਕਬਰ ਕਬੀਰਾ ਮੇਰੇ ਨਬੀ ਅਲੈਹਿ ਸਲਾਮ ਨੇ ਫਰਮਾਇਆ ਫਰਮਾਇਆ ਮੇਰੇ ਸਹਾਬਾ ਇਬਨ ਆਦਮ ਆਦਮ ਦਾ ਬੇਟਾ ਮੈਨੂੰ ਗਾਲੀ ਦਿੰਦਾ ਏ ਨਾ ਅੱਲਾ ਜੀ ਤੁਹਾਨੂੰ ਕੌਣ ਗਾਲੀ ਦੇ ਸਕਦਾ ਏ ਫਰਮਾਇਆ ਅੱਲਾ ਸੁਭਾਨ ਤਾਲਾ ਨੇ ਜਦੋਂ ਮੇਰੇ ਨਾਲ ਕਿਸੇ ਹੋਰ ਨੂੰ ਸ਼ਰੀਕ ਕਰਦਾ ਏ ਤੇ ਮੈਨੂੰ ਗਾਲੀ ਦਿੰਦਾ ਏ ਨਾ 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 ਵੀਰਿਆ ਨਾ ਇਸੇ ਕਰਕੇ ਬਾਰ ਬਾਰ ਬਾਤ ਕੀਤੀ ਜਾਂਦੀ ਏ ਨਾ ਕਿ ਕਿਤਾਬ ਸੁਨਤ ਦਾ ਮੁਤਾਲਿਆ ਕੀਤਾ ਕਰ ਘਰ ਦੇ ਅੰਦਰ ਕੁਰਾਨ ਪਾਕ ਦੀ ਤਿਲਾਵਤ ਵੀ ਕੀਤਾ ਕਰ ਇਹਦਾ ਤਰਜਮਾ ਜ਼ਰੂਰ ਵੀ ਜ਼ਰੂਰ ਪੜ੍ਹਿਆ ਕਰ ਅਹਾਦੀਸ ਰਸੂਲ ਦਾ ਮੁਤਾਲਿਆ ਵੀ ਕੀਤਾ ਕਰ ਤਾਂ ਕਿ ਦੋਨੋਂ ਜਹਾਨ ਬਿਹਤਰ ਹੁੰਦੇ ਚਲੇ ਜਾਣ ਮੇਰੇ ਅੱਲਾ ਸੁਬਹਾਨਹੁ ਵਤਾਲਾ ਨੇ ਕੁਰਾਨ ਪਾਕ ਅੰਦਰ ਮੇਰੇ ਨਬੀ ਅਲੈਹਿ ਸਲਾਮ ਦੀ ਸੀਰਤ ਦੇ ਬਾਰੇ ਅੰਦਰ ਫਰਮਾਇਆ ਫਰਮਾਇਆ ਜੀ ਵਦਾਈਅਨ ਲਿਲਲਾਹ ਮੇਰੇ ਨਬੀ ਅਲੈਹਿ ਸਲਾਮ ਆਏ ਨੇ ਲੋਕਾਂ ਨੂੰ ਦਾਵਤ ਦਿੰਦੇ ਨੇ ਨਾ ਲੋਗੋ ਇੱਕ ਅੱਲਾ ਨੂੰ ਪੁਕਾਰਨਾ ਏ ਉਹਦੇ ਹਜ਼ੂਰ ਸਜਦਾ ਰੇਜ਼ ਹੋਣਾ ਏ ਉਹਦੀ ਇਬਾਦਤ ਕਰਨੀ ਏ ਉਸੇ ਅੱਲਾ ਨੂੰ ਇਲਾਹ ਮੰਨਣਾ ਏ ਉਸੇ ਅੱਲਾ ਨੂੰ ਮੁਸ਼ਕਿਲ ਕੁਸ਼ਾ ਮੰਨਣਾ ਏ ਉਸ ਅੱਲਾ ਨੂੰ ਹਾਜਤ ਰਵਾ ਮੰਨਣਾ ਏ ਉਸ ਅੱਲਾ ਨੂੰ ਗੌਸ ਮਨ ਗੌਸ ਲਾਜ਼ਮ ਮੰਨਣਾ ਏ ਉਸੇ ਅੱਲਾ ਨੂੰ ਦਸਤਗੀਰ ਮੰਨਣਾ ਏ ਨਾ ਆਪਣੀਆਂ ਫਰਿਆਦਾਂ ਤੇ ਹਾਜਤਾਂ ਅੱਲਾ ਸੁਬਹਾਨਹੁ ਵ ਤਾਲਾ ਦੇ ਹਜ਼ੂਰ ਪੇਸ਼ ਕਰਨੀਆਂ ਨੇ ਅੱਲਾਹੂ ਅਕਬਰ ਤੇ ਵਦਾਈਅਨ ਲਿਲਲਾਹ ਨਾਲੇ ਅੱਲਾ ਕਰੀਮ ਨੇ ਫਰਮਾਇਆ ਬਿਇਜ਼ਨੀ ਵਸੀਰਾਜੰ ਮੁਨੀਰਾ
मेरे नबी अलैहिस्सलाम नू अल्लाह ने ऐसा सिराज बनाया, ये सिराज दियां रोशनियां ते खत्म हो जांदियां ने, मेरे नबी वाला सिराज चढ़ पे आए, एदी रोशनी कयामत तक खत्म नहीं हो सकती। अल्लाहु अकबर कबीरा, क्योंकि मेरे नबी मीनारा ए नूर बन के आए, मेरे नबी हिदायत दा मीनार बन के आए, मेरे नबी नूर दा मीनार बन के आए। केड़ा बंदा कहंदा है कि ना, लेकिन एक कोई मुसलमान नहीं कह सकता नूर मिन नूर इल्ला। जदों ऐसी बात करेगा ते फिर ते अल्लाह नाल शिरक होएगा, यानी नूर मिन नूर इल्ला, अल्लाह के नूर से नूर जुदा हुए। नहीं 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 नहीं, कुरान पाक नू किधर ले जाओगे? कुरान कहंदा लम्मी अली दुआ लम यूलद, ना उन्हें किसे नू जनिया ना जने आ गया। अल्लाहु अकबर अल्लाह अल्लाह, मेरे नबी मीनाराए नूर ने, क्योंकि मेरे नबी दे आउण तो पहले जुलमतां ते जलालतां दे अंधेरे सन। मेरे नबी अलैहिस्सलाम दे तशरीफ ले आने तो बाद अंधेरे छट गए ने, उजाले हो गए ने, तारीकियां छुप गईयां ने, रोशनियां हो गईयां ने।